कुछ कर खबरां वाल चलिए। अज फ्रेट वेव्स दे सीईओ ने यह कहा है भी ट्रकिंग बस्ट का ट्रकिंग का बहुत बुरा होने का एक कारण नवे जो ट्रकिंग बिजनेस दे विच एंटर हुए सी ओ भी सी ते बहुत सस्ते रेट से वह लोड आ चक रहे हैगे आ ते वह कहिंदे भी मैं बहुत सारिया फ्रेट वेव्स का जो सीईओ आ बहुत सारिया कंपनिया दे नाल गलबात की आ कहिंदे भी सिचुएशन ग्रेट रिसेशन वाली बनी हुई हैगी आ। दूसरे पासे जो अज दी रेट दे विच ट्रकिंग दी कॉस्ट आ वह होर भी ज्यादा बढ़ रही हैगी आ। गैस दीआं प्राइसिस असमान नूं छू गई हैं, पिछले महीने तो तुसीं देख लो कित्थे पहुंच गया काम। लेबर कॉस्ट वेयर हाउस दी बिहाइंड द व्हील, डीजल प्राइसिस क्रॉस डॉक स्कैरसिटी सारा कुछ जिदा इन्ना इनक्रीज हो गया ते जिहड़ा नैट प्रॉफिट आ ਉਹ ਬਹੁਤ ਘਟਦਾ ਜਾ ਰਿਹਾ। ਇਸ ਕਰਕੇ ਜਿਹੜਾ ਟਰੱਕਿੰਗ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈਗਾ। ਜੀ ਰਮਨ ਜੀ ਬਿਲਕੁਲ ਜੀ, ਆਪਾਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ, ਆਲਮੋਸਟ ਆਪਾਂ ਨੂੰ ਕਾਫੀ ਦੇਰ ਹੀ ਇਹ ਗੱਲ ਕਹਿੰਦੇ ਨੂੰ ਹੋ ਗਿਆ ਕਿ ਜਿਹੜੀ ਇੰਡਸਟਰੀ ਦੇ ਵਿੱਚ ਜਿਹੜੀ ਐਂਟਰੀਆਂ ਹੋਈਆਂ ਬਹੁਤ ਫਾਸਟ ਹੋਈਆਂ ਤੇ ਬੜੀਆਂ ਅਨਨੈਸੈਸਰੀਲੀ ਹੋਈਆਂ। ਪੂਰੀ ਕੋਕ ਪੜਤਾਲ ਕਰਕੇ ਬਹੁਤ ਜਾਣੇ, ਸੋ ਇਸ ਕਰਕੇ ਜਿਹੜਾ ਸੀਗਾ ਜਿੰਨੀ ਦੇਰ ਤੱਕ ਜਿਹੜੀ ਹੈ ਨਾ ਆਪਣੀ ਇੰਡਸਟਰੀ ਦੇ ਵਿੱਚ ਜਿਹੜੀ ਕਪੈਸਿਟੀ ਜਿੰਨੀ ਦੇਰ ਤੱਕ ਘੱਟ ਨਹੀਂ ਹੁੰਦੀ ਉਨੀ ਦੇਰ ਤੱਕ ਇੰਡਸਟਰੀ ਦਾ ਰੀਬਾਊਂਡ ਹੋਣਾ ਬਹੁਤ ਔਖਾ ਆ। ਕੰਮ ਜਿਹੜਾ ਹੈਗਾ ਆ ਦਿਨੋਂ ਦਿਨ ਜਿਹੜਾ ਆ ਉਹ ਬਹੁਤ, ਇੱਕ ਦੂਸਰੀ ਚੀਜ਼ ਹੋਰ ਵੀ ਆ ਕਾਫ਼ੀ ਜਿਹੜੀ ਇਸ ਵੇਲੇ ਆਪਣਾ ਰਾਜਕਰਨ ਜਿਹੜੀ ਹੈ ਨਾ ਕਾਫ਼ੀ ਸਿਚੁਏਸ਼ਨ ਇਸ ਵੇਲੇ ਇੱਦਾਂ ਹੋਈਆਂ ਪਈਆਂ ਕਿ ਜਿਹੜੀਆਂ ਆਰਟੀਫਿਸ਼ਲ ਇੰਟੈਲੀਜੈਂਸ ਹੈਗੀ ਆ ਜਾਂ ਜਿਹੜੀ ਇਲੈਕਟ੍ਰੋਨਿਕਸ ਹੈਗੇ ਆ ਇਹਨਾਂ ਦੇ ਨਾਲ ਜਿਹੜੀ ਮੈਨੇਜਮੈਂਟ ਜਿਹੜੀ ਆ, ਇੱਕ ਬਹੁਤ ਦੇਰ ਪਹਿਲਾਂ ਇੱਕ ਕਾਫੀ ਚਰਚਾ ਦੇ ਵਿੱਚ ਆਈ ਸੀ ਕਿ ਜਿੱਥੇ ਐਮਟੀ ਮਾਇਲਸ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਵੀ ਜਿੰਨੇ ਘੱਟ ਤੋਂ ਘੱਟ ਐਮਟੀ ਮਾਇਲਸ ਟਰੱਕ ਚੱਲੇ ਓਨਾ ਹੀ ਫਾਇਦਾ ਆ। ਸੋ ਇਸ ਲਈ ਜਿਹੜੀਆਂ ਆਰਟੀਫਿਸ਼ਲ ਇੰਟੈਲੀਜੈਂਸ ਕਹਿ ਲਓ ਜਾਂ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜਸ ਆ ਕੁਛ ਵੀ ਆ ਕਹਿ ਲਓ ਉਹਦੇ ਮਦਦ ਦੇ ਨਾਲ ਇਹ ਜਿਹੜਾ ਐਮਟੀ ਮਾਇਲਸ ਹੈਗਾ ਕਾਫੀ ਜਿਹੜਾ ਉੱਤੇ ਕਾਬੂ ਪਾਇਆ ਗਿਆ। ਸੋ ਐਮਟੀ ਮਾਇਲਸ ਦਾ ਕਾਬੂ ਪਾਉਣ ਦਾ ਮਤਲਬ ਇਹ ਹੈ ਕਿ ਜਿਹੜੀ ਮਤਲਬ ਕਿ ਫਾਲਤੂ ਦਾ ਜਿਹੜਾ ਡਰਾਈਵਿੰਗ ਸੀ ਫਾਲਤੂ ਦੀ ਇੰਜੀਨੀਅਰ ਦੀ ਆ ਉਹ ਕਾਫੀ ਘਟੀਆਂ ਹੈਗੀਆਂ। ਸੋ ਇਹਦੇ ਨਾਲ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਜਿਹੜੀ ਫ੍ਰੇਟ ਵੇਵ ਦੀ ਗੱਲ ਵੀ ਕੀਤੀ ਗਈ ਆ ਭਾਜੀ ਨੇ ਕੀਤੀ ਆ, ਡੈਫੀਨੇਟਲੀ ਜਿਹੜੀਆਂ ਅਨਵਾਂਟਿਡ ਤੇ ਅਨਟ੍ਰੇਨਡ ਜਿਹੜੇ ਲੋਕੀ ਵਿੱਚ ਕੈਰੀਅਰ ਆ ਗਏ ਆ ਜਾਂ ਜਿਹੜੇ ਕੰਪਨੀ ਆਈਆਂ ਹੈਗੀਆਂ ਉਹ ਜਿੰਨੀ ਦੇਰ ਤੱਕ, ਕਿਉਂਕਿ ਉਹ ਨਾਲ ਇਹ ਨਾ ਕਿ ਜੇ ਆਪਾਂ ਇਹ ਗੱਲ ਕਰੀਏ ਕਿ ਉਹ ਇਕੱਲੇ ਛੱਡ ਕੇ ਜਾਣ ਇੰਡਸਟਰੀ, ਪ੍ਰੋਬਲਮ ਇਹ ਰਹਿੰਦੀ ਕਿ ਉਹਦੇ ਨਾਲ ਹੋਰ ਜਿਹੜੇ ਚੰਗੇ ਚੱਲ ਰਹੇ ਸੀ ਵਧੀਆ ਚੱਲ ਰਹੀਆਂ ਸੀ ਕੰਪਨੀਆਂ ਉਹਨਾਂ ਨੂੰ ਵੀ ਇਸ ਵੇਲੇ ਐਗਜ਼ਿਟ ਕਰਨਾ ਪੈ ਰਿਹਾ ਹੈਗਾ ਇੰਡਸਟਰੀ ਚੋਂ, ਕਿਉਂਕਿ ਉਹ ਯੂਨੋ ਉਹ ਵੀ ਇਸ ਵੇਲੇ ਦੇ ਕੈਨਟ ਮੇਕ ਇਟ। ਸੋ ਪ੍ਰੋਬਲਮ ਜਿਹੜੀ ਆ ਉਹ ਇਕੱਲੀ ਸਿਰਫ ਉਹਨਾਂ ਦੀ ਨਹੀਂ, ਪ੍ਰੋਬਲਮ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਜਿਹੜੀਆਂ ਕਿ ਇੰਡਸਟਰੀ ਦੇ ਬਾਰੇ ਜੇ ਪੂਰੀ ਚੰਗੀ ਤਰੀਕੇ ਦੇ ਨਾਲ ਨਾ ਜਾਣਨਾ, ਇੰਡਸਟਰੀ ਉਹ ਪੂਰੀ ਤਰੀਕੇ ਨਾਲ ਅੰਡਰਸਟੈਂਡ ਨਾ ਕਰਨਾ, ਬਹੁਤ ਜਿਹੜੀਆਂ ਚੀਜ਼ਾਂ ਹਰ ਇੱਕ ਬੰਦੇ ਨੇ ਮਤਲਬ ਕਿ ਬਹੁਤ ਸਸਤਾ ਚੀਪ ਜਿਹਾ ਤਰੀਕਾ ਦੇਖ ਲਿਆ ਵੀ ਮਤਲਬ ਕਿ ਫਟਾਫਟ ਯੂਨੋ 20-25 ਹਜ਼ਾਰ ਮਹੀਨੇ ਦਾ ਕਮਾਓ ਤੇ ਗੱਲ ਖਤਮ। ਇੰਨਾ ਨਹੀਂ ਹੁੰਦਾ ਇਹ, ਮਤਲਬ ਕਿ ਅਲਟੀਮੇਟਲੀ ਆਪਾਂ ਨੂੰ ਅੱਜ ਉਹਦਾ ਹਰਜਾਨਾ ਪੈ ਰਿਹਾ। ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਅਤੇ ਬਾਕੀ ਸੋ ਤਾਂ ਤੁਸੀਂ ਵੀ ਜੇ ਕਾਲ ਕਰਕੇ ਕੋਈ ਆਪਣੀ ਗੱਲ ਕਰਨੀ ਆ, ਵਿਚਾਰ ਸਾਂਝੇ ਕਰਨੇ ਆ ਜਾਂ ਤੁਹਾਡਾ ਕੋਈ ਸਵਾਲ ਆ ਤਾਂ ਕਾਲ ਕਰ ਸਕਦੇ। ਸਟੂਡੀਓ ਦਾ ਨੰਬਰ ਹੈ 408-272-5400-8272-5200 ਦੇ ਉੱਤੇ। ਰਮਨ ਜੀ, ਦੋ ਤਿੰਨ ਚੀਜ਼ਾਂ ਦੇ ਉੱਤੇ ਅੱਜ ਆਪਾਂ ਜਿਹੜਾ ਨਾਲ ਨਾਲ ਗੱਲ ਕਰਾਂਗੇ, ਆਟੋਨੋਮਸ ਟਰੱਕਿੰਗ ਅਤੇ ਇਲੈਕਟ੍ਰੋਨਿਕ ਬ੍ਰੋਕਰੇਜ ਜਿਹੜੀ ਆ ਇਹ ਸਾਰੀ ਚੀਜ਼ ਆ,